ਆਵਾਜ਼ ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਆਰਡੀਨੈਂਸ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੋਣ ਦੇ ਨਾਂ ਤੇ ਅੰਨਦਾਤਾ ਦੇ ਹਿੱਤ ਦੇ ਖਿਲਾਫ ਜਾਣ ਵਾਲੀ ਕਿਸੇ ਵੀ ਚੀਜ਼ ਦੀ ਹਮਾਇਤ ਨਹੀਂ ਕਰੇਗੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖਾਸ ਤੌਰ ਤੇ ਕਿਸਾਨਾਂ ਦਾ ਹੀ ਸੰਗਠਨ ਹੈ, ਹਰ ਅਕਾਲੀ ਇੱਕ ਕਿਸਾਨ ਹੈ ਤੇ ਹਰ ਕਿਸਾਨ ਦਿਲੋਂ ਅਕਾਲੀ ਹੈ। ਵਰਤਿਆ ਸੁਖਬੀਰ ਬਾਦਲ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਦ ਆਰਡੀਨੈਂਸ ਖਿਲਾਫ ਵੋਟਿੰਗ ਕਰਨ ਦਾ ਸਮਾਂ ਆਇਆ ਤਾਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਉੱਥੋਂ ਚਲੇ ਗਏ ਸਨ। ਉਸ ਸਮੇਂ ਉੱਥੇ ਕਾਂਗਰਸੀਆਂ ਤੇ ਭਗਵੰਤ ਮਾਨ ਵਿੱਚੋਂ ਕੋਈ ਵੀ ਮੌਜੂਦ ਨਹੀਂ ਸੀ ਅਤੇ ਉਹਨਾਂ ਨੇ ਵੋਟ ਇਸ ਆਰਡੀਨੈਂਸ ਦੇ ਖਿਲਾਫ ਨਹੀਂ ਦਿੱਤੀ, ਸਗੋਂ ਆਰਡੀਨੈਂਸ ਖਿਲਾਫ ਬਿਨਾਂ ਵੋਟਿੰਗ ਕੀਤੇ ਹੀ ਉੱਥੋਂ ਚਲੇ ਗਏ ਸਨ। ਜੂਨ ਦੇ ਮਹੀਨੇ ਵਿੱਚ ਸੈਂਟਰ ਦੀ ਸਰਕਾਰ ਨੇ 3 ਆਰਡੀਨੈਂਸ ਲਿਆਂਦੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਕਿਸਾਨਾਂ ਦੇ ਹਿੱਤ ਵਿੱਚ ਆਰਡੀਨੈਂਸ ਹੈ। ਅਸੈਂਸ਼ੀਅਲ ਕਮੋਡਿਟੀਜ਼ ਆਰਡੀਨੈਂਸ ਅੱਜ ਡਿਸਕਸ ਹੋ ਰਿਹਾ, ਜਿਹੜੇ ਬਾਕੀ 2 ਆਰਡੀਨੈਂਸ ਹੈ ਉਹ ਕੱਲ੍ਹ ਡਿਸਕਸ ਹੋਣਗੇ, ਪਰ ਤਿੰਨਾਂ ਨੂੰ ਇਕੱਠੇ ਲੈ ਕੇ ਹੀ ਸੈਂਟਰ ਸਰਕਾਰ ਨੇ ਲਿਆਂਦੇ ਸੀ। ਆਰਡੀਨੈਂਸ ਕਿਹਾ ਜਾਂਦਾ ਕਿਸਾਨਾਂ ਬਾਰੇ ਹੈ, ਪਰ ਮੈਂ ਇੱਕ ਗੱਲ ਬੇਨਤੀ ਕਰਨਾ ਚਾਹੁੰਦਾ, ਪਹਿਲੀ ਗੱਲ ਆਰਡੀਨੈਂਸ ਲਿਆਉਣੇ ਨਹੀਂ ਚਾਹੀਦੇ ਸੀ। ਆਰਡੀਨੈਂਸ ਲਿਆਉਣ ਤੋਂ ਪਹਿਲੇ ਸਾਰੀ ਜਿਹੜੇ ਕਿਸਾਨ ਲੋਕ ਹੈ, ਪਾਰਟੀਆਂ ਹੈ, ਉਹਨਾਂ ਨੇ ਡਿਸਕਸ਼ਨ ਕਰਨੀ ਚਾਹੀਦੀ ਸੀ। ਸਪੀਕਰ ਸਰ, ਮੈਂ ਇੱਕ ਕਿਸਾਨ ਆਪ ਹੈ, ਸਾਡੀ ਜਿਹੜਾ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਮਜੋਰਿਟੀ ਸਾਡੇ ਵਰਕਰ ਅਤੇ ਸਾਡੀ ਲੀਡਰਸ਼ਿਪ ਕਿਸਾਨ ਪਰਿਵਾਰਾਂ 'ਚੋਂ ਹੈ। ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ। ਸੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਜਥੇਬੰਦੀ ਹੈ। ਜੇ ਹਿੰਦੁਸਤਾਨ ਵਿੱਚ ਜੇ ਕਿਸਾਨ ਲੀਡਰਾਂ ਦੀ ਗੱਲ ਨਾ ਕੀਤਾ ਜਾਏ, ਸਾਹ ਪ੍ਰਕਾਸ਼ ਸਿੰਘ ਬਾਦਲ, ਚੌਧਰੀ ਦੇਵੀ ਲਾਲ, ਚੌਧਰੀ ਚਰਨ ਸਿੰਘ ਜੀ ਦਾ ਨਾਂ ਆਉਂਦਾ। ਦੇਸ਼ ਦੀ ਆਜ਼ਾਦੀ ਦੇ ਬਾਅਦ ਜਿੰਨੇ ਵੀ ਸੰਘਰਸ਼ ਕਿਸਾਨਾਂ ਦੇ ਹੋਏ, ਕਿਸਾਨਾਂ ਦੀ ਗੱਲ ਹੋਈ ਅਤੇ ਆ ਤਿੰਨਾਂ ਲੀਡਰਾਂ ਦਾ ਨਾਂ ਆਉਂਦਾ ਅਤੇ ਤਿੰਨਾਂ ਲੀਡਰਾਂ ਨੇ ਸਾਰੀ ਜ਼ਿੰਦਗੀ ਕਿਸਾਨੀ ਵਾਸਤੇ ਲਾ ਦਿੱਤੀ। ਮੇਰੇ ਪਿਤਾ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ, 16 ਸਾਲ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਕਾਂਗਰਸ ਪਾਰਟੀ ਨੇ ਧੱਕੇ ਕਰਕੇ, ਕਿਉਂਕਿ ਉਹ ਕਿਸਾਨੀ ਦੇ ਗਰੀਬ ਦੀ ਗੱਲ ਕਰਦੇ ਸੀ ਅਤੇ ਜਿਹੜੀ ਵਿਰੋਧੀ ਪਾਰਟੀ ਕਾਂਗਰਸ ਉਹਨੂੰ ਮਨਜ਼ੂਰ ਨਹੀਂ ਸੀ। ਪਰ ਸਾਡੀ ਪਾਰਟੀ ਨੇ ਕਿਤੇ ਵੀ ਕਿਸਾਨੀ ਦੇ ਮੁੱਦੇ 'ਤੇ ਕਿਤੇ ਕੰਪਰੋਮਾਈਜ਼ ਨਹੀਂ ਕੀਤਾ। ਜਿਹੜੀ ਮੈਂ ਗੱਲ ਕਰਨਾ ਚਾਹੁੰਦਾ, ਆਹ ਜਿਹੜੇ ਆਰਡੀਨੈਂਸ ਆਏ ਹੈ, ਪਹਿਲੀ ਗੱਲ, ਆਰਡੀਨੈਂਸ ਲਿਆਉਣ ਤੋਂ ਪਹਿਲੇ ਆਪਾਂ ਨੂੰ, ਖਾਸ ਕਰਕੇ ਸਰਕਾਰ ਨੂੰ, ਜਿਹੜੇ ਕਿਸਾਨ ਪੱਖੀ ਜਥੇਬੰਦੀਆਂ, ਕਿਸਾਨ ਪਾਰਟੀਆਂ, ਜਿਵੇਂ ਸ਼੍ਰੋਮਣੀ ਅਕਾਲੀ ਦਲ ਹੈ, ਕਿਸਾਨਾਂ ਦੀ ਗਰੀਬ ਦੀ ਮਜ਼ਦੂਰ ਦੀ ਪਾਰਟੀ ਹੈ, ਇਹ ਜਿਹੀਆਂ ਪਾਰਟੀਆਂ ਨੂੰ ਕੰਸਲਟ ਕਰਨ ਦੀ ਲੋੜ ਸੀ। ਮੈਂ ਅੱਜ ਕਹਿਣਾ ਚਾਹੁੰਦਾ, ਸਪਸ਼ਟ ਕਹਿਣਾ ਚਾਹੁੰਦਾ, ਆਰਡੀਨੈਂਸ ਲਿਆਉਣ ਜਦੋਂ ਲਿਆਂਦਾ ਗਿਆ, ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪੁੱਛਿਆ ਗਿਆ ਕਿ ਇਸ ਆਰਡੀਨੈਂਸ ਵਿੱਚ ਕੀ ਹੈ, ਅਤੇ ਕੀ ਲਿਆਉਣਾ। ਜਦੋਂ ਆਰਡੀਨੈਂਸ ਲਿਆਂਦਾ ਗਿਆ ਕੈਬਨਿਟ ਵਿੱਚ, ਉਦੋਂ ਜਿਹੜੇ ਸਾਡੇ ਰਿਪ੍ਰੈਜੈਂਟੇਟਿਵ ਹੈ ਕੈਬਨਿਟ 'ਚ, ਉਹਨਾਂ ਨੇ ਜ਼ਰੂਰ ਗੱਲ ਕੀਤੀ ਸੀ ਕੈਬਨਿਟ 'ਚ ਕਿ ਆਰਡੀਨੈਂਸ ਲਿਆ ਰਹੇ ਹੋ, ਪਰ ਇਹਦੇ 'ਚ ਆਰਡੀਨੈਂਸ ਵਿੱਚ ਕਈ ਇਹੋ ਜਿਹੇ ਸ਼ੰਕੇ ਹੈ ਜੋ ਪੰਜਾਬ ਦੇ ਕਿਸਾਨ ਜਾਂ ਆਮ ਕਿਸਾਨਾਂ ਦੇ ਮਨ 'ਚ ਹੈ। ਸੋ ਜਿੰਨਾ ਤੱਕ ਆ ਸ਼ੰਕੇ ਦੂਰ ਨਹੀਂ ਹੁੰਦੇ, ਆਪਾਂ ਨੂੰ ਇਹ ਆਰਡੀਨੈਂਸ ਨੂੰ ਡਿਲੇ ਕਰਨਾ ਚਾਹੀਦਾ। ਪਰ ਜਦੋਂ ਆਰਡੀਨੈਂਸ ਪਾਸ ਕਰਤਾ ਕੈਬਨਿਟ ਨੇ, ਪਿਛਲੇ 2 ਮਹੀਨੇ ਲਗਾਤਾਰ ਅਸੀਂ ਕਿਸਾਨਾਂ ਨਾਲ ਗੱਲ ਕੀਤੀ, ਵਪਾਰੀਆਂ ਨਾਲ ਗੱਲ ਕੀਤੀ, ਆੜ੍ਹਤੀਆਂ ਨਾਲ ਗੱਲ ਕੀਤੀ, ਉਹਨਾਂ ਦੇ ਜੋ ਸ਼ੰਕੇ ਸੀ ਉਹਨਾਂ ਬਾਰੇ ਮੈਂ ਪੁੱਛ ਪਤਾ ਕਰਨ ਦੀ ਗੱਲ ਕੀਤੀ, ਕਿਉਂਕਿ ਸਾਨੂੰ ਆਪ ਪਤਾ ਸੀ, ਕਿਉਂਕਿ ਕਿਸਾਨ ਹੋਣ ਦੇ ਨਾਤੇ 24 ਘੰਟੇ ਕਿਸਾਨੀ ਖੇਤੀ ਕਰਦੇ ਹਾਂ। ਸਾਨੂੰ ਪਤਾ ਹੈ ਕਿ ਕਿਸਾਨ ਨੂੰ ਮੰਡੀ 'ਚ ਕੀ ਤਕਲੀਫ ਆਉਂਦੀ ਹੈ, ਕਿਸਾਨ ਨੂੰ MSP ਦੀ ਕੀ ਤਕਲੀਫ ਹੈ, ਕਿਸਾਨ ਨੂੰ ਪ੍ਰੋਕਿਓਰਮੈਂਟ ਦੀ ਕੀ ਤਕਲੀਫ ਹੈ। ਅਤੇ ਤੁਸੀਂ ਦੇਖਿਆ ਹੋਣਾ, ਅੱਜ ਜੇ ਪੰਜਾਬ ਪੂਰੇ ਦੇਸ਼ ਨੂੰ ਅੰਨ ਦਿੰਦਾ, ਇਹਦਾ ਵੱਡਾ ਕਾਰਨ ਹੈ, ਕਿਉਂਕਿ ਪੰਜਾਬ ਦੀ ਸਟੇਟ ਨੇ, ਭਾਵੇਂ ਸਾਡਾ 2% ਲੈਂਡ ਏਰੀਆ, ਅਸੀਂ ਅੱਜ ਵੀ 50% ਜਿਹੜੀ ਦੇਸ਼ ਦੀ ਵੀਟ ਦੀ ਰਿਕੁਆਇਰਮੈਂਟ ਹੈ, ਕਣਕ ਦੀ ਰਿਕੁਆਇਰਮੈਂਟ ਹੈ, ਪੰਜਾਬ ਸਟੇਟ ਪੈਦਾ ਕਰਕੇ ਦਿੰਦਾ। ਅਸੀਂ ਘੱਟ ਤੋਂ ਘੱਟ 40-45%
जिहड़ी राइस दी रिक्वायरमेंट है वो पंजाब पैदा करके दिंदा है। सो जिहड़ी आ जिहड़ी रिक्वायरमेंट सानू पता है, क्योंकि इस ऑर्डिनेंस दे आ तिन्ने ऑर्डिनेंस दे सब तो वध असर जे है वो पंजाबियां ते पंजाब किसान ते है, क्योंकि जो मंडी सिस्टम जो सिस्टम पंजाब च बनया हरियाणे च बनया वो जा सिस्टम किते हिंदुस्तान च नहीं है। सो दूजे सूबियां च इहदा असर होए या ना होए मैं नहीं कह सकता, पर जो पंजाब के किसानों की भावना है वो चाहते हैं कि साड़ी जो आशंकाएं हैं साड़े जो क्वेश्चन है और आंसर मिले, पर अफसोस ना कहना पड़ता कि आंसर नहीं मिले। जिहड़ी शंका की है, जिहड़ी मैं एक मिनट वास्ते मैं एंड करना चाहना, शंका की है, मैं इस ऑर्डिनेंस की गल करना, बाकी ऑर्डिनेंस कल करूंगा। शंका की है, वो कहते हैं कि जिहड़ा एसेंशियल कमोडिटीज एक्ट है पहले एक लिमिट की जाती थी कि आप कितनी कर सकते हैं, पर एक्ट ही की हो रहा है लिमिट तोड़ दी है। इस करके जो व्यापारी है वो जिन्ना मर्जी समान ले जाए पर उदा कोई रुकावट नहीं है। एक किसान के पास मैं गया, दो तीन दिन की बात है, मैंने उनसे पूछा आप इस ऑर्डिनेंस के खिलाफ क्यों। एक गरीब सा किसान बैठा बोला कि जैसे जब जियो रिलायंस जियो लेके आया था उन्होंने मुफ्त कर दिया था फोन, सारे जिन्हें सब लोग जियो लेने लग गए सारी उनकी कंपटीशन जो खत्म हो गई तो उसने रेट बढ़ा दिए 10 गुने कर दिए। उनके मन में है कि ये मल्टीनेशनल अभी अभी कम करके देंगी सब फैसिलिटी देंगी, पर अगर जब ये जो जब ये इनका कंट्रोल हो गया तो उनके कब्जा कर लेना है। ऐसा करके मैं चाहता हूं हमारी श्रोमणी अकाली दल किसी के दबाव के नीचे नहीं, ये हमारी पार्टी की सोच है, ये पंजाब के किसान की पंजाब के व्यापारी की पंजाब के आड़तियों की पंजाब के जो मजदूर काम करते हैं खेतों में उनकी भावना है कि इस कानून में बहुत शंकाएं हैं बहुत उनकी रिजर्वेशन हैं, जब तक ये रिजर्वेशन पूरा दूर ना हो ये ऑर्डिनेंस ना लाया जाए। सुखबीर सिंह बादल ने इस बयान तो बाद भगवंत मान ने स्थिति स्पष्ट करते हैं की कहा, आओ देखते हैं। सत श्री अकाल जी सारे पंजाबियों, उम्मीद करते हैं तुम सारे तंदुरुस्त होवोगे परिवार समेत। दोस्तों केंद्र सरकार 3 ऑर्डिनेंस लेके आई है जिहदे विचों 2 किसानां नाल संबंधित ने ते तीजा हैगा जिहड़ा जरूरी वस्तां दा भंडारीकरण ओह बिल। कल जरूरी वस्तां दे भंडारीकरण बारे जिहड़ा बिल सी उहदे ते डिबेट होई, अचानक सुखबीर बादल कहिंदा वी इह जिहड़े बिल ने इह तां किसान विरोधी ने, सानूं तां पता ही नहीं सीगा, सानूं तां पुछिया ही नहीं गया। ते पिछले 3 महीनियां तों सुखबीर बादल एंड पार्टी जिहड़ी है वह कहती है तो किसानों के हित च ने बिल, ये तो बहुत वधिया बिल ने। बड़े बल साहब ने भी वीडियो बना के कहा कि विरोधी पार्टियां घबराह कर रही ने कि बिल बहुत वधिया, तो हुण उस बिल के विरोध च बोलिया। तो सुखबीर बादल जी पहला तो यह स्पष्ट कर दो कि पहला घबराह कर रहे सी किसानों जो हुण कर रहे हो। तो नंबर 2 एडा वड्डा झूठ सुखबीर बादल ने बोलिया, शायद उन्होंने पता भी नहीं लगता कि मैं हुण किड्डा झूठ बोलदा, क्योंकि रोज़ ही बोलता वो कि कल पार्लीमेंट च वोटिंग हुई तो मैं विरोध के वोट पाई। सुखबीर बादल कहिंदा तो आप विरोधी पार्टियां उत्थे है नहीं सी। दोस्तों मैं तुहानूं स्पष्ट करना चाहुंदा कल पार्लीमेंट च कोई वोटिंग ही नहीं हुई, क्योंकि जदों वोटिंग हुंदी है उहनूं डिवीजन बोलदे ने, डिवीजन जदों हुंदी है तां सारी पार्लीमेंट सील करनी पैंदी, अद्धा पौणा घंटा लगता है, जिहड़ा बाहर है बाहर रह जांदा, जिहड़ा अंदर है वह अंदर ही रह जांदा, बाहर भी नहीं जा सकता ते बाहरला अंदर नहीं आ सकता। तो कल जिहड़ा इह जरूरी वस्तां वाला बिल सीगा वह सिर्फ ओरल जबानी तो कराते होंगे ने कि जिहड़े बिल के हक च ने वह हाँ कहो, जिहड़े हक च नहीं है कि ना कहो, मैनूं लगता फैसला हाँ दे पक्ष ज़्यादा है, हाँ दे पक्ष ज़्यादा है, बिल पास तो वोटिंग कदों होंदी है। सो मैं उत्थे मौजूद सी ते सुखबीर बादल ने ना हाँ कही ना कही बैठा रहा, ये कहते कि बब्बर शेर ने साडे ने अकाली दल वाले कह रहे कि विरोध च वोट पाई है। नंबर 3 यह जरूरी वस्तां दे भंडारीकरण का बिल सी कि उन्होंने प्राइवेट कंपनियां नूं मौका मिल जूगा जो मर्जी जिन्ना मर्जी स्टॉक कर लैन, कोई उन्हें तो रोक टोक नहीं। तो फूड प्रोसैसिंग मिनिस्टर हैगी हरसिमरत कौर, तो हरसिमरत कौर की मिनिस्ट्री नाल रिलेटड बिल सी वह आई नहीं कल फिर। सो ये गुमराह करते ने, इन्होंने पहला धर्म बेचे हुण यह सदन की पवित्र मर्यादा भी भंग करते।
पार्लीमेंट च कुछ होर कहिंदे आ, पार्लीमेंट च की होया बाहर आके कुछ होर कह देंगे। सो इन्हां ते यकीन ना करो। खेती के बिल जिहड़े ने वो अज आने ने। अज मैं आम आदमी पार्टी वालों विरोध भी करूँगा, वोट भी विरोध दे विच पाऊँगा, ते नाल अकाली दल ते कांग्रेस का चेहरा भी नंगा करूँगा। अज इन्हां नाल पार्लीमेंट च की होंदी है तुसीं देखते जायो। रात 8:30 बजे तक पार्लीमेंट चलूगी, तो जदों बाहर आया मैं मां के सारे खुलासे करूँगा। मैं इन्ना वांग झूठ नहीं बोलता कि अंदर कुछ होर बोले बाहर कुछ होर बोलते हैं। कोई वोटिंग नहीं हुई, इन्हां दीआं गुमराहकुन गल्लां दे विच ना आए।